ਪਾਰਟੀ ਮਰਦਾਬਾਦ 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 ਰਾਜਮਾਨਾ ਧੱਕੇ ਨਾਲ ਕੰਮ ਕਰਾਉਣ ਵਾਲਾ ਸੀਐਮਡੀ ਤੇ ਮੈਨੇਜਮੈਂਟ ਮਰਦਾਬਾਦ 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 ਗੁਰਦੀਪ ਬਾਈ ਅਮਰ ਹੈ ਅਮਰ ਹੈ ਅਮਰ ਹੈ ਸੀਐਮਡੀ ਕਾਦਰ ਹੈ ਮੁਰਦਾਬਾਦ 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 ਹਾਏ 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 ਮੁਰਦਾਬਾਦ ਮੁਰਦਾਬਾਦ ਦੱਸੋ ਜੀ ਸਾਡਾ ਕੁੱਤਾ ਮਰਿਆ ਜੀ ਜਿਹਨੂੰ ਮੈਂ SDO ਵਿੱਚ ਪੁੱਛਣ ਨਹੀਂ ਆਇਆ ਤੇ ਤੁਸੀਂ ਸਾਡੇ ਪਰਿਵਾਰ ਦੇ ਮੁਖੀ ਹੋ ਮੈਨੂੰ ਇੱਕ ਗੱਲ ਦੱਸੋ ਜੀ ਮਾੜੀ ਜੀ ਇਹ ਰਿਪੋਰਟ ਜਿਹੜੀ ਸੀ ਬਾਅਦ ਚ ਵੀ ਤਿਆਰ ਹੋ ਸਕਦੀ ਸਾਨੂੰ ਨੀ ਪਤਾ ਅਸੀਂ ਮਹਿਕਮੇ ਚ ਨਹੀਂ ਕੰਮ ਕੀਤਾ ਫੈਟਲ ਨੋਨ ਫੈਟਲ ਦੀ ਐਕਸੀਡੈਂਟ ਦੀ ਰਿਪੋਰਟ ਕਦੋਂ ਜਾਂਦੀ ਆ ਤੁਸੀਂ ਜਸਟ ਇੱਕ ਮੇਲ ਕਰਨੀ ਸੀਗੀ ਮਹਾਰਾਜ ਜੀ ਇੱਕ ਮੇਲ ਕਰਨੀ ਸੀ ਸਾਨੂੰ ਕਿਉਂ ਬੇਵਕੂਫ ਬਣਾਈ ਜਾਂਦੇ ਹੋ ਵੀ ਸਿਰ ਫੋਨ ਕੀਤਾ ਹਜੇ ਤੱਕ ਕੋਈ ਜਾਣ ਪੁੱਛਦੇ ਆ ਇੱਕ ਫੋਨ ਤੁਸੀਂ ਮੈਨੂੰ ਹਜੇ ਵੀ ਤੁਸੀਂ ਪੁੱਛਦੇ ਹੋਗੇ ਇੱਕ ਇੰਨੇ ਬੰਦੇ ਤੋਂ ਪ੍ਰੈਕਟਿਸ ਨੇ ਇੱਕ ਬਿਆਨ ਦਿੱਤਾ ਸੀ ਜੇ ਅੱਧਾ ਘੰਟਾ ਸਪਲਾਈ ਨਾ ਚੱਲੀ ਤੁਸੀਂ ਸਸਪੈਂਡ ਹੁਣ ਸਾਡਾ ਬੰਦਾ ਮਰ ਗਿਆ ਦੱਸੋ ਕਿਹਦੇ ਤੇ ਪਰਚਾ ਕਰੀਏ ਤੁਹਾਡੇ ਚੇਅਰਮੈਨ ਤੇ ਤੁਹਾਡੇ SDO ਤੇ ਜਾਂ ਤੁਹਾਡੇ ਤੇ ਮੇਰਾ ਹੀਰੇ ਵਰਗਾ ਮੁੰਡਾ ਮਾਰਤਾ ਤੁਸੀਂ ਦੱਸੋ ਤੁਹਾਡਾ ਕੁਛ ਨਹੀਂ ਸੀ ਲੱਗਦਾ ਤੁਹਾਡੇ ਕਿਹੜੇ ਮੌਤ ਹੋਈ ਹੋਵੇ ਤੁਸੀਂ ਕੁਰਸੀਆਂ ਸੱਥਣ ਭੱਜਦੇ ਹੋ ਇਹ ਸਾਡਾ ਜਵਾਕ ਮਰਿਆ ਜਵਾਕ 1 ਵਜੇ ਵੀ ਸਰ ਰਾਤ ਸਪਲਾਈ ਚਲਾ ਕੇ ਗਏ ਆ ਜੀ ਦੁਬਾਰਾ ਫਿਰ ਉਹੀ ਆ ਗਏ ਕੋਈ ਮਗਰ ਉਹਦੇ ਨਾ ਆਉਣਾ ਬਹੁਤ ਮੰਦ ਭਾਗਾ ਜੀ ਅੱਜ ਸਾਡੇ ਆ ਤੁਸੀਂ 10000 ਰੁਪਏ ਸਾਡੇ 10000 ਰੁਪਏ ਦੇ ਕੇ ਕੀ ਸਿਖਾਉਨੇ ਹੋ 10000 ਰੁਪਏ 295 ਦਾ ਪੀੜਤ 4.5 ਸਾਲ ਹੋ ਗਏ 10000 ਤੇ ਜੌਬ ਕਰਦਾ ਪਿਆ ਜੀ ਉਹ ਬੰਦਾ ਸਾਡਾ ਪੁੱਤ ਮਾਰਦਾ ਪੁੱਤ ਹੀਰੇ ਵਰਗਾ ਤੁਹਾਡੇ ਵਰਗੇ ਚਾਰ ਮਫਸਰਾਂ ਨੇ ਤੁਸੀਂ ਚਾਰ ਮੌਕਾ ਦਾ ਲੋ ਜਿਹੜਾ ਜਾ ਕੇ ਸੀਐਮਡੀ ਦੀ ਜੱਸ ਜੱਸ ਬੁਲਾਉਨੇ ਹੋ ਤੁਹਾਨੂੰ ਨਹੀਂ ਪਤਾ ਤੁਹਾਡੇ ਕੋਲ ਬੰਦੇ ਕਿੰਨੇ ਆ
ਇੱਕ ਵਜੇ ਤੱਕ ਮੁੰਡਾ ਕੰਮ ਕਰਦਾ ਰਿਹਾ, ਸਵੇਰੇ 10 ਵਜੇ ਤੁਸੀਂ ਫੇਰ ਲਾਤਾ, ਤੁਹਾਡਾ ਚੋਣਾ ਐਸਐਸਡੀਓ ਹਲੇ ਤੱਕ ਨਹੀਂ ਪੌੜਿਆ। ਹਜੇ ਉਹਨੇ ਸਵੇਰ ਦੀ ਰੋਟੀ ਨਹੀਂ ਖਾਧੀ, ਗਾ ਜਾ ਕੇ ਰੋਟੀ ਖਾਣੀ ਕਰੇ ਮੈਂ। ਆ ਕੇ ਖੜ ਜਾਂਦਾ, ਅਸੀਂ ਤੁਹਾਡੇ ਨਾਲ ਇਦਾਂ ਬਦਤਮੀਜੀ ਨਹੀਂ ਸੀ ਕਰਨੀ। ਰੋਟੀ ਵੀ ਨਹੀਂ ਖਾਧੀ ਸੀ ਉਹਨੇ ਸਵੇਰ ਦੀ ਹਜੇ ਤੱਕ। ਨਹੀਂ ਰੋਟੀ ਤੁਹਾਡਾ ਐਸਡੀਓ ਆਇਆ ਨਹੀਂ। ਰੋਟੀ ਮੁਰਦਾਬਾਦ 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 ਕੋਈ ਨੀ ਇੱਥੇ, ਕੋਈ ਵੀ ਨਹੀਂ ਆਏ, ਨਹੀਂ ਪਹੁੰਚੇ, ਸਾਈਕਲ ਨਹੀਂ ਰੱਖੀ ਨੇ, ਇੰਨੇ ਬੰਦੇ ਖੜੇ ਕਿੱਥੇ ਬੈਠੇ, ਸਪਲਾਈ ਨਾ ਚੱਲੀ ਤੰਗ ਦੇਵਾਂਗੇ, ਔਰ ਤੁਹਾਨੂੰ ਰੱਟ ਗਏ, ਕਿਸੇ ਨੂੰ ਨਹੀਂ ਕੁਝ ਕਿਹਾ ਸੀ। ਓ ਜਾ ਬੈਠੋ ਬੈਠੇ ਰਹੋ ਤੁਸੀਂ ਆਫਸਰ ਚ, ਓ ਜਾਓ ਬੈ ਜਾਓ ਟਿੱਕੇ। 11 ਵਜੇ 1 ਵਜੇ ਤੱਕ ਕੰਮ ਕਰਦਾ ਰਿਹਾ ਬੰਦਾ, ਸਵੇਰੇ ਤੁਸੀਂ 9 ਵਜੇ ਫਿਰ ਕੰਮ ਤੇ ਬੁਲਾ ਲਿਆ ਇਹਨੂੰ, ਰੋਟੀ ਵੀ ਨਹੀਂ ਖਾਣ ਦਿੱਤੀ ਮੇਰਾ ਮੁੰਡਾ, ਰੋਟੀ ਤੋਂ ਬਗੈਰ ਮਰਿਆ। ਸਾਲਾ ਘਰ ਦਾ ਕੁੱਤਾ ਮਰ ਜਾ, ਪੋਤਾ ਵੀ ਸ਼ੋਗ ਬਣਾਉਣੇ ਆ, ਤੁਸੀਂ ਤਾਂ ਕੁੱਤਾ। ਜਦੋਂ ਫੋਨ ਕੀਤਾ ਤੁਸੀਂ ਆਏ, ਦੋਰ ਫਿਟੇ ਮੂੰਹ ਤੁਹਾਡਾ, ਇਹ ਜਿਹਾ ਦਾ ਇਹ ਜਿਹੇ ਇੰਜੀਨੀਅਰਾਂ ਦਾ, ਜਿਹੜਾ ਪੈਰ ਸਾਡੇ ਮਰੇ ਤੇ ਨਹੀਂ ਲਾ ਸਕਦੇ, ਤੁਸੀਂ ਹਰ ਕਿਹੜਾ ਰੱਖ ਰਹੇ ਤੁਹਾਡੇ ਪਰਿਵਾਰ ਦੇ ਮੈਂਬਰ। ਜਈ ਤੁਹਾਡਾ ਡੇਢ ਘੰਟਾ ਰਹਿ ਗਿਆ 11 ਸਤਵੀਰ, ਡੇਢ ਘੰਟਾ ਉਸ ਤੋਂ ਬਾਅਦ ਤੋਂ ਚਲੇ ਗਿਆ ਉਰੇ। ਐਕਸ਼ਨ ਸਾਹਿਬ ਇਸ ਪਲਾਨ ਤੇ ਸੋ ਕੋਲ ਪਹੁੰਚੇ, ਬਿਲਕੁਲ ਨਹੀਂ ਗਲਤ ਗੱਲ ਹੈ ਜਿਹੜਾ ਆਪਣਾ ਜਈ ਦਾ ਤੁਹਾਡੇ ਦਾ ਫੋਨ ਬੰਦ ਆ ਰਿਹਾਗਾ ਸਤਵੀਰ ਦਾ, ਉਹ ਡੇਢ ਘੰਟਾ ਖੜ ਕੇ ਗਿਆ ਜਦੋਂ ਲਾਸ ਆਈ, ਉਸ ਤੋਂ ਬਾਅਦ ਤੋਂ ਮੁੜ ਕੇ ਚਲਾ ਗਿਆ, ਮੁੜ ਕੇ ਉਹ ਆਇਆ ਨਹੀਂ ਉਰੇ। ਫੋਨ ਸੋਚਾ ਮਾਰਿਆ ਉਹਦਾ, ਸਾਨੂੰ ਗੁੱਸਾ ਚੜਾਉਂਦਾ, ਇਹਨੂੰ ਭਜਾ ਦਿਓ ਇੱਥੋਂ, ਨਹੀਂ ਸਾਡੇ ਤੋਂ ਕੁਛ ਹੋ ਜੂ, ਕਿਉਂਕਿ ਭੱਜ ਜਾ ਇੱਥੋਂ ਸਾਡੇ ਘਰੇ ਨਾ ਬੜੀ। ਜੇ ਤੂੰ ਸਵੇਰ ਦਾ ਆਇਆ ਹੁੰਦਾ ਨਾ, ਤੈਨੂੰ ਕੁਛ ਨਹੀਂ ਸੀ ਕਹਿਣਾ, ਕੋਈ ਬੰਦਾ ਨੀ ਆਇਆ, ਕੋਈ ਵੀ ਬੰਦਾ ਨੀ ਆਇਆ ਤੁਹਾਡਾ ਉਰੇ, ਸਾਨੂੰ ਅਸੀਂ 70-70 ਕਿਲੋਮੀਟਰ ਰੋਡ ਤੋਂ ਆ ਗਿਆ ਉਰੇ, ਫਿਰ ਹੋਰ ਗੱਲ ਸਿਖਾਈ ਮੈਨੂੰ, ਕਾਨੂੰਨ ਨਾ ਸਿਖਾਈ ਤੈਨੂੰ ਮੈਂ ਦੱਸ ਦਿੰਦਾ ਗੱਲ, ਮੇਰੀ ਜਾਨ ਨਿਕਲੀ ਭਾਈ ਜਾਨ। ਦੱਸੋ ਕੀ ਸਰ ਬੰਦਿਆਂ ਦੀ ਕੀ ਸੇਫਟੀ ਹੈ, ਇੱਕ ਇੱਕ ਵਜੇ ਕੰਮ ਕਰਕੇ ਸਵੇਰ ਨੂੰ 8-8 ਵਜੇ ਫਿਰ ਦੁਬਾਰਾ ਤੁਰ ਪਏ, ਭੁੱਖਣ ਪਾਣਾ ਉਹ ਬੰਦਾ ਗਿਆ, ਅੱਜ ਭੁੱਖਣ ਪਾਣਾ ਰੋਟੀ ਤੋਂ ਵੀ ਆਵਾਜ਼ਾਰ ਹੋ ਕੇ ਗਿਆ ਬੰਦਾ। ਸਾਡੀ ਸਾਰੀ ਸਬ ਡਿਵੀਜ਼ਨ ਖਾਲੀ ਪਈ ਆ ਜਗਰਾਉਂ ਦੀ, ਤੁਸੀਂ ਆ ਜਾਂਦੇ ਨਾ ਟਾਈਮ ਤੇ, ਸਾਨੂੰ ਵੀ ਪਤਾ ਤੁਸੀਂ ਬੰਦੇ ਨੀ ਰੱਖ ਸਕਦੇ, ਤੁਸੀਂ ਸਿਰਫ ਉਹ ਅਫਸਰ ਹੋ ਜਿਹੜੇ ਜੈ ਸਰ ਕਹਿੰਦੇ ਹੋ ਸੀਐਮਡੀ ਨੂੰ, ਕੋਈ ਨਾ ਸਰ ਚਲਾ ਲਾਂਗੇ, ਚਾਹੇ ਦੋ ਬੰਦੇ ਹੁਣ ਚਲਾ ਲਾਂਗੇ, ਸਾਨੂੰ ਪਤਾ ਤੁਹਾਡੇ ਅੱਗੇ ਮੂੰਹ ਦੇ ਉੱਤੇ ਕੀ ਛਿੱਕਲੀਆਂ, ਪਰ ਜੇ ਤੁਸੀਂ ਕਰੇ ਸਾਨੂੰ ਹੌਸਲਾ ਦੇ ਦਿੰਦੇ ਨਾ, ਸਾਡਾ ਮਾੜਾ ਜਿਹਾ ਮਾਣ ਵੱਜ ਜਾਂਦਾ ਵਾ, ਪਰ ਜਿਹੜਾ ਤੁਸੀਂ ਢੀਠ ਪੂਣਾ ਜਿਹੜਾ ਤੁਹਾਡੇ ਕਿੱਲੇ ਵਾਲੇ ਹੋਏ ਨਾ, ਕਿੱਲੇ ਆਕੜਾਂ ਦੇ, ਉਹਨੇ ਅੱਜ ਕੰਮ ਖਰਾਬ ਕੀਤਾ ਵਾ, ਕਿ ਅਸੀਂ ਇੰਜੀਨੀਅਰ ਹਾਂ ਇਹਨੂੰ ਠੋਕ ਦਾਂਗੇ ਮੁਲਾਜ਼ਮਾਂ ਨੂੰ, ਪਰ ਜਿੱਦਣ ਅਸੀਂ ਠੋਕਣ ਤੇ ਆਏ ਹੋਰ ਪੜੇ ਨੂੰ ਬਾਨਣ ਪਾ ਦਾਂਗੇ। ਮੁੰਡਾ ਮਾਰਤਾ ਯਾਰ, ਮੇਰੀ ਇੱਕ ਬੇਨਤੀ ਹੈਗੀ,
ਮੈਨੂੰ ਇਹ ਆ ਵੀ ਉਹ ਛੇਤੀ ਤੋਂ ਛੇਤੀ ਡਿਊਟੀ ਤੇ ਆ ਜਾਣ। ਮੈਂ ਉਹਨਾਂ ਦੀ ਜਿਹੜੀਆਂ ਮੰਗਾਂ ਸੀ ਉਹਨਾਂ ਦੀ ਕੰਪਨੀ ਬੁਲਾ ਕੇ ਉਹ ਹੱਲ ਕਰਾ ਰਿਹਾ ਸੀਗਾ ਵੀ ਉਹ ਹੱਲ ਹੋਣ ਤਾਂ ਉਹ ਡਿਊਟੀ ਤੇ ਆਉਣ। ਉਹ ਤਾਂ ਸਰ ਪੂਰੇ ਪੰਜਾਬ ਲੈਵਲ ਦਾ ਪ੍ਰੋਗਰਾਮ ਹੈ ਤੁਹਾਡੇ ਦਾ, ਸੀਐਮਡੀ ਲੈਵਲ ਦਾ ਪ੍ਰੋਗਰਾਮ ਹੈ ਸੀਐਮਡੀ। ਉਹ ਤਾਂ ਤੁਹਾਡੇ ਤੇ ਗੁੱਸਾ ਤਾਂ ਹੋਇਆ, ਤੁਹਾਡਾ ਫਰਜ਼ ਬਣਦਾ ਸੀ ਕਿ ਤੋ ਆਊਟਪੁੱਟ ਲੈਂਦੇ। ਜੇ ਇਹਨੇ ਆਊਟਪੁੱਟ ਦਿੱਤੀ ਹੁੰਦੀ ਅਸੀਂ ਤੁਹਾਡੇ ਨਾਲ ਗੁੱਸੇ ਨਹੀਂ ਸੀ ਹੋਣਾ, ਸਾਡਾ ਤੁਹਾਡੇ ਨਾਲ ਕੋਈ ਗੁੱਸਾ ਨਹੀਂ ਸੀ। ਪਰ ਜੇ ਇਹਨਾਂ ਨੇ ਆਊਟਪੁੱਟ ਦਿੱਤੀ ਹੁੰਦੀ ਕਿ ਵਾਸਤੇ ਇਹਨਾਂ ਘੰਟੇ ਹੀ ਆ ਜਾਂਦੇ 10 ਮਿੰਟ ਵਾਸਤੇ, ਇੱਥੇ ਕੋਈ ਨਹੀਂ ਆਇਆ ਜੀ ਤੁਹਾਡੇ ਬੰਦਾ ਬੇਟਾ। ਕੋਈ ਗੱਲ ਨਹੀਂ, ਜੇ ਬੰਦਾ ਚਲੋ ਜੋ ਹੁਣ ਹੋਇਆ ਉਹ ਬਸ ਠੀਕ ਆ ਜੀ। ਤੁਹਾਡੀ ਬਹੁਤ ਮਿਹਰਬਾਨੀ, ਤੁਸੀਂ ਸਾਡੇ ਵਿੱਚ ਆ ਗਏ, ਇੰਨਾ ਹੀ ਬਹੁਤ ਆ ਵੀ ਜਿਹੜਾ ਤੁਸੀਂ ਸਾਡੇ ਕੁੱਤੇ ਬਿੱਲਿਆਂ ਦੀ ਕਦਰ ਕਪਾ ਲਈ। ਵੀ ਅਸੀਂ ਕੁੱਤਾ ਇੱਕ ਮਰ ਗਿਆ, ਉਹਦੇ ਕੁੱਤੇ ਦੇ 2 ਮਿੰਟ, ਤੁਸੀਂ 2 ਮਿੰਟ ਆ ਗਏ, ਤੁਹਾਡਾ ਧੰਨਵਾਦ। ਅੱਜ ਤਾਂ ਕੁੱਤੇ ਬਿੱਲੇ ਅਸੀਂ ਕਿਹੜਾ ਬੰਦੇ ਆ ਜੀ, ਤੁਹਾਡਾ ਬੱਚਾ ਹੁੰਦਾ ਬੱਚਾ ਹੁੰਦਾ ਤਾਂ ਇੱਦਾਂ ਨਾ ਕਰਦੇ। ਐਸ ਡੀ ਓ ਸਾਹਿਬ ਬੈਠੇ ਜਿੱਤਵਾਲ ਤੋਂ ਆ ਗਏ, ਉੱਥੋਂ ਆ ਕੇ ਨੱਥੋਵਾਲ ਗਰੁੱਪ ਦੇ ਵਿੱਚ ਮੈਸੇਜ ਪਾਇਆ ਉਹਨਾਂ ਨੇ, ਉਹਦੀ ਫਿਰ ਉਹਦੀ ਫਿਰ ਆ ਗਿਆ ਨਾ ਬੰਦੇ ਵਿੱਚ ਕੀ ਗੱਲ ਹੋ ਗਈ ਨਾ। ਅਸੀਂ ਪਹੁੰਚ ਰਹੇ ਹਾਂ ਸੁਭਾ ਦੇ ਸਾਰੇ ਸਾਡੀਆਂ ਤੇ ਬੰਦੇ ਪਹੁੰਚ ਗਏ ਨੇੜੇ ਨੇੜੇ। ਪ੍ਰਧਾਨ ਜੀ ਚਲੋ ਜੀ ਤੁਸੀਂ ਦੱਸੋ ਇਹਦਾ ਕੀ ਕੰਮ, ਇਹਦਾ ਕੀ ਕੰਮ ਕਰਨ ਲੱਗੇ ਦੱਸੋ। ਥਾਣੇ ਵਾਲੇ ਇੱਥੇ ਫਿਰਦੇ ਆ ਜਦੋਂ ਮੁੰਡਾ ਡਿੱਗਾ ਨਾ ਉਸੇ ਵੇਲੇ ਮੈਂ ਜਈ ਦੇ ਨਾਲ ਆ ਗਿਆ। ਜਿੱਥੇ ਤੁਸੀਂ ਪਹੁੰਚ ਗਏ ਸਾਨੂੰ